ਪਿੰਡ ਤਾਂ ਅਸੀਂ ਦੇਖ ਲਿਆ ਭਾਬੀ, ਬਸ ਹੁਣ ਤੈਨੂੰ ਦੇਖਣਾ। ਮੈਂ ਥਾਣੇ ਨਹੀਂ ਜਾਣਾ ਹੈਗਾ, ਤੁਸੀਂ ਜੋ ਕੁਛ ਪੁੱਛਣਾ ਪੁੱਛ ਲਓ। ਤੂੰ ਮੇਰੀ ਭੈਣ ਤੋਂ ਕੰਮ ਕਰੇਂਗਾ, ਕੰਮ ਤੂੰ ਆਪ ਵੀ ਤਾਂ ਸਾਂਭ ਹੀ ਸਕਦਾ। ਚਾਚੀ ਤੈਂ ਬਹੁਤ ਚਚੜ ਚਚੜ ਕਰ ਲਈ, ਹੁਣ ਵਾਰੀ ਆ ਤੇਰੀ ਤਤੜ ਤਤੜ ਕਰਨ ਦੀ। ਛੱਡ ਦੇ ਛੱਡ ਦੇ। ਠੀਕ ਹੁਣ ਜੇ ਨਹੀਂ ਆਉਂਦੇ, ਪਤਾ ਨਹੀਂ ਕੀ ਸੰਘਾਇਆ ਹੋਇਆ ਇਹਨੂੰ। ਪਾਪਾ ਜੀ 3 ਦਿਨ ਹੋ ਗਏ, 3 ਦਿਨ ਤੋਂ ਆਪਾਂ ਇੱਕ ਹੀ ਮਸ਼ੀਨ ਨੂੰ ਲੱਗੇ ਹੋਏ ਹਾਂ। ਉਹੀ ਤਾਂ ਗੱਲ ਮੈਂ ਕਹਿ ਰਿਹਾ ਤੁਹਾਨੂੰ। ਫਿਰ ਠੀਕ ਆ ਤਾਂ ਨਹੀਂ ਹੁੰਦੀ ਪਈ, ਕੋਈ ਸਮਝ ਨਹੀਂ ਲੱਗ ਰਹੀ ਮੈਨੂੰ। ਇਹ ਠੀਕ ਹੋ ਵੀ ਜਾਊਗੀ? ਹਾਂ ਹਾਂ ਠੀਕ ਤਾਂ ਹੋ ਜਾਏਗੀ, ਇਹ ਠੀਕ ਨੂੰ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ, ਇਹਨੂੰ ਠੀਕ ਕਰਕੇ ਛੱਡਾਂਗੇ ਆਪਾਂ। ਹਰੇਕ ਮਸ਼ੀਨ ਦਾ ਕਾਰੀ ਗੱਲ ਹੁੰਦਾ, ਪਰ ਇਹ ਮਸ਼ੀਨ ਤਾਂ ਮੈਨੂੰ ਠੀਕ ਲੱਗਦੀ ਹੈ, ਪਰ ਇਹਦੀ ਮੈਨੂੰ ਅਲਾਈਨਮੈਂਟ ਨਹੀਂ ਠੀਕ ਲੱਗਦੀ ਪਈ। ਫਿਰ ਪਾਪਾ ਜੀ ਅਲਾਈਨਮੈਂਟ ਤਾਂ ਆਪਾਂ ਨੂੰ ਹੀ ਠੀਕ ਕਰਨੀ ਪੈਣੀ ਆ ਨਾ, ਤੁਸੀਂ ਕਰੋਗੇ ਹੋਰ ਕੌਣ ਕਰੂਗਾ? ਉਹ ਤਾਂ ਮੈਂ ਫਿਟਿੰਗ ਜਾਣਦਾ, ਮੈਂ ਬਣਾਉਣੀ ਜਾਣਦਾ, ਅਤੇ ਕੁਛ ਕੰਮ ਇਹੋ ਜਿਹੇ ਹੁੰਦੇ ਆ ਉਹ ਮੈਂ ਵੀ ਨਹੀਂ ਜਾਣਦਾ। ਪਰ ਪਾਪਾ ਜੀ ਤੁਸੀਂ ਤਾਂ ਕਹਿੰਦੇ ਸੀਗੇ ਮੈਂ ਪੂਰਾ ਕਾਰੀਗਰ ਹਾਂ, ਮੈਨੂੰ ਸਾਰਾ ਕੁਛ ਆਉਂਦਾ, ਹੁਣ ਤੁਸੀਂ ਕਹਿੰਦੇ ਹੋ ਮੈਂ ਵੀ ਨਹੀਂ ਜਾਣਦਾ, ਫਿਰ ਕੌਣ ਜਾਣਦਾ ਇਹਨੂੰ? ਦੇਖ ਪੁੱਤਰਾ, ਮੈਨੂੰ ਗੱਡੀ ਚਲਾਉਣੀ ਆਉਂਦੀ ਹੈ, ਪਰ ਮੈਂ ਇੰਜਨ ਬਣਾਉਣ ਦਾ ਨਹੀਂ ਜਾਣਦਾ। ਫਿਰ ਪਾਪਾ ਜੀ ਹੁਣ ਇਹ ਠੀਕ ਨਹੀਂ ਹੋਊਗੀ? ਠੀਕ ਹੋਊਗੀ ਪੁੱਤ, ਪਰ ਇਹਦੇ ਵਾਸਤੇ ਸਾਨੂੰ ਕੋਈ ਕਾਰੀਗਰ ਲੱਭਣਾ ਪੈਣਾ। ਮੈਨੂੰ ਯਾਦ ਆ ਰਿਹਾ, ਤੇਰੇ ਡੈਡੀ ਨੇ ਵੀ ਕੋਈ ਫੋਰਮੈਨ ਲੱਭਿਆ ਸੀ ਇਹਨੂੰ ਬਣਾਉਣ ਲਈ। ਪਾਪਾ ਜੀ ਤੁਸੀਂ ਵੀ ਤਾਂ ਫੋਰਮੈਨ ਹੋ, ਤੁਹਾਡੇ ਸਮਝ ਕਿਉਂ ਨਹੀਂ ਆਉਂਦਾ ਪਿਆ? ਉਹ ਤੋਂ ਸਮਝਦਾ ਕਿਉਂ ਨਹੀਂ, ਇਹਦਾ ਗੇਅਰ ਬਕਸਾ ਤਾਂ ਫੋਰਮੈਨ ਨੇ ਇੱਦਾਂ ਦਾ ਬਣਾਇਆ ਜਿਹੜਾ ਕਿਸੇ ਦੇ ਸਮਝ 'ਚ ਨਾ ਆਵੇ। ਹੋਰ ਠੀਕ ਆ ਜੀ, ਹੋ ਗਈ ਮਸ਼ੀਨ ਠੀਕ? ਤੂੰ ਉਹੀ ਆ ਨਾ ਜਿਹਨੂੰ ਮੈਂ ਕਿਹਾ ਸੀਗਾ ਚਲਿਆ ਜਾ, ਤੂੰ ਫੇਰ ਆ ਗਿਆ। ਤੁਹਾਡੇ ਕੋਲ ਨਹੀਂ ਆਇਆ ਜੀ ਮੈਂ, ਬਾਊਆਂ ਨੇ ਰੱਖਿਆ ਮੈਨੂੰ ਦੁਬਾਰਾ। ਦੇਖ ਲਓ ਪਾਪਾ ਜੀ, ਚਾਚੇ ਨੇ ਫੇਰ ਉਹੀ ਗੱਲ ਕੀਤੀ ਨਾ। ਜਾਓ ਜੀ ਕਰੋ ਕੰਮ ਆਪਣਾ। ਫਿਰ ਮੈਂ ਤਾਂ ਕਰੂੰਗਾ ਜੀ ਕੰਮ ਆਪਣਾ, ਪਰ ਤੁਹਾਡੇ ਕੋਲ ਤਾਂ ਆਪਣਾ ਕੰਮ ਹੀ ਨਹੀਂ ਹੁੰਦਾ। ਉਹ ਚੱਲ ਉਹ ਛਿੱਤਰ ਨਾ ਖਾ ਲਈ, ਚੱਲ ਪਵੇ ਜਦੋਂ ਚੱਲ। ਪਾਪਾ ਜੀ ਆਪਾਂ ਨੂੰ ਨਾ ਇਹਦਾ ਫੋਰਮੈਨ ਲੱਭਣਾ ਪੈਣਾ, ਦੇਖੋ ਕਿੱਥੇ ਰਹਿੰਦਾ ਸੀਗਾ ਉਹ, ਆਪਾਂ ਉਹਨੂੰ ਲੈ ਕੇ ਆਈਏ ਅਤੇ ਮਸ਼ੀਨ ਨੂੰ ਚੱਲਦੀ ਕਰੀਏ। ਆਹ ਬੰਦਾ ਤੁਹਾਨੂੰ ਮੈਂ ਹੈਰਾਨ ਹੈ, ਟਾਂਚਾ ਮਾਰ ਕੇ ਚਲਿਆ ਗਿਆ, ਕਹਿੰਦਾ ਤੁਹਾਡੇ ਤੋਂ ਮਸ਼ੀਨ ਹੀ ਨਹੀਂ ਚੱਲਣੀ, ਤੁਹਾਡੇ ਤੋਂ ਤੁਹਾਡਾ ਕੰਮ ਨਹੀਂ ਹੁੰਦਾ। ਤੂੰ ਮੈਨੂੰ ਪੰਪ ਨਾ ਦੇ, ਮੈਨੂੰ ਸਾਰਾ ਪਤਾ ਕਿ ਫੋਰਮੈਨ ਕਿੱਥੇ ਰਹਿੰਦਾ, ਆਪਾਂ ਸ਼ਾਮ ਨੂੰ ਚੱਲਾਂਗੇ। ਆਪਾਂ ਤੈਨੂੰ ਸਾਰਾ ਕੁਛ ਪਤਾ ਹੁੰਦਾ ਯਾਰ। ਹੋਰ ਕੀ ਮੈਨੂੰ ਸਾਰਾ ਪਤਾ? ਫਿਰ ਇੱਦਾਂ ਕਦੇ ਕਰਦੇ ਹੁੰਦੇ? ਕੋਈ ਨਹੀਂ ਫਿਰ ਆਪਾਂ ਚੱਲ ਪਾਂਗੇ ਸ਼ਾਮ ਨੂੰ। ਆ ਬੱਜੀ ਜਾਂਦਾ ਤੁਹਾਡਾ, ਕੰਪਨੀ ਵਾਲਿਆਂ ਦਾ ਸੀਗਾ ਮੈਂ ਕੱਟਤਾ। ਕੰਪਨੀ ਵਾਲਿਆਂ ਦਾ ਠੀਕ ਹੈ, ਐਂ ਕਰਦਾ ਮੈਂ ਪਹਿਲਾਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣਾ, ਠੀਕ ਆ? ਅੱਛਾ ਠੀਕ ਹੈ, ਫਿਰ ਆਪਾਂ ਸ਼ਾਮ ਨੂੰ ਚੱਲਦੇ ਹਾਂ। ਠੀਕ ਹੈ, ਤੂੰ ਜਦ ਤੱਕ ਸੋਚੋ ਨਾ ਇਹਦੇ ਬਾਰੇ, ਸੋਚੋ। ਕੋਈ ਨਹੀਂ ਪੁੱਤ ਸੋਚ ਲੈਂਦੇ ਹਾਂ, ਸੋਚੋ ਸੋਚ ਲੈਂਦੇ ਹੌਲੀ ਹੌਲੀ। ਮੈਂ ਰੋਟੀ ਲੈ ਕੇ ਆਇਆ ਫਿਰ ਤੁਹਾਡੇ ਵਾਸਤੇ। ਠੀਕ ਹੈ ਠੀਕ ਹੈ, ਸੋਚ ਲੈਂਦੇ ਹਾਂ। ਲਿਆਓ ਮੰਮੀ ਇਹਨੂੰ ਉੱਪਰ ਚੱਕੋ, ਮੈਂ ਟਿਊਬ ਲਗਾ ਦਾਂ। ਨਾ ਪੁੱਤ ਚੁੰਨੀ ਨਾ ਚੱਕ,
ਆ ਟਿਊਬ ਲਾਏਂਗੇ, ਚੁੰਨੀ ਨਾਲ ਚਿਪ ਜੂ। ਦੇਵ ਆਉਣ ਵਾਲਾ ਹੀ ਆ, ਜੇ ਉਹਨੂੰ ਪਤਾ ਲੱਗ ਗਿਆ ਤੇ ਖਾਮ ਖਾ ਘਰ ਦੇ ਵਿੱਚ ਕਲੇਸ਼ ਪੈ ਜਾਣਾ। ਮੰਮੀ ਇੰਨੀ ਦੇਰ ਤੁਸੀਂ ਲੁਕੋ ਕੇ ਨਹੀਂ ਰੱਖ ਸਕਦੇ, ਵੀਰੇ ਨੂੰ ਅੱਜ ਨਹੀਂ ਤਾਂ ਕੱਲ੍ਹ ਤਾਂ ਪਤਾ ਲੱਗ ਹੀ ਜਾਣਾ। ਤੁਸੀਂ ਮੈਨੂੰ ਟਿਊਬ ਲਗਾ ਲੈਂਦੋ। ਮਨਪ੍ਰੀਤ, ਜਦ ਦੇਵ ਸੌਂ ਜੂਗਾ ਨਾ ਫੇਰ ਲਾ ਦੀ, ਤੂੰ ਹਲੇ ਨਾ ਲਾ। ਮੰਮੀ ਵੀਰਾ ਰਾਤੀ 12 ਵਜੇ ਸੌਂਦਾ, ਵੀਰੇ ਤੋਂ ਪਹਿਲਾਂ ਤਾਂ ਮੈਂ ਸੌ ਜਾਂਦੀ ਹਾਂ, ਮੈਂ ਕਿਹੜੇ ਵੇਲੇ ਲਾਊਂ? ਤੁਸੀਂ ਮੈਨੂੰ ਲਾ ਲੈਣ ਦਿਓ। ਕੀ ਹੋਇਆ? ਨਾ ਨਾ ਟਕੋ ਨਾ, ਕੀ ਹੋਇਆ ਇਹ? ਕੁਛ ਨਹੀਂ ਪੁੱਤ, ਮਾੜੀ ਜਿਹੀ ਸੱਟ ਲੱਗ ਗਈ ਸੀ। ਇਹ ਮਾੜੀ ਜਿਹੀ ਸੱਟ ਆ? ਇੰਨੀ ਸੱਟ ਲੱਗ ਗਈ, ਮੈਨੂੰ ਦੱਸਣਾ ਵੀ ਜ਼ਰੂਰ ਨਹੀਂ ਸਮਝਿਆ? ਪੁੱਤ ਮਾੜੀਆਂ ਮੋਟੀਆਂ ਤਾਂ ਸੱਟਾਂ ਲੱਗਦੀਆਂ ਰਹਿੰਦੀਆਂ ਨੇ, ਨਾਲੇ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਆ? ਫਿਰ ਲੁਕਾਉਂਦੇ ਕਾਹਤੇ ਪਏ ਸੀ? ਚਲੋ, ਮਾੜੀਆਂ ਮੋਟੀਆਂ ਸੱਟਾਂ ਲੱਗਦੀਆਂ ਰਹਿੰਦੀਆਂ ਨੇ, ਪਰ ਇਹ ਲੱਗੀ ਕਿਵੇਂ ਆ? ਉਹ ਮੇਰਾ ਪੈਰ ਸਲਿੱਪ ਹੋ ਗਿਆ ਸੀ, ਦਰਵਾਜ਼ਾ ਲੱਗਿਆ। ਨਾਲੇ ਤੂੰ ਕਾਹਤੇ ਟੈਨਸ਼ਨ ਲਈ ਜਾਂਦਾ? ਵੀਰੇ, ਮੰਮੀ ਝੂਠ ਬੋਲਦੇ ਪਏ ਨੇ, ਵੀਰੇ ਨੂੰ ਵੀ ਸੱਚ ਪਤਾ ਲੱਗਣਾ ਚਾਹੀਦਾ। ਮਨਪ੍ਰੀਤ, ਮੰਮੀ ਇੱਕ ਮਿੰਟ, ਸੱਚ ਕਿਹੜਾ ਸੱਚ? ਉਹੀ ਸੱਚ ਵੀਰੇ ਜਿਹੜਾ ਮੰਮੀ ਤੁਹਾਡੇ ਤੋਂ ਲੁਕਾਉਂਦੇ ਪਏ ਆ। ਕਿਹੜਾ ਸੱਚ ਲੁਕਾਉਂਦੇ ਪਏ ਹੋ ਮੰਮੀ ਮੇਰੇ ਤੋਂ? ਉਹ ਕੁਛ ਨਹੀਂ ਪੁੱਤ, ਇਹ ਤਾਂ ਐਵੇਂ ਜੱਬੜੀਆਂ ਮਾਰੀ ਜਾਂਦੀ ਆ। ਤੂੰ ਬੈਠ, ਮੈਂ ਤੈਨੂੰ ਰੋਟੀ ਲੈ ਕੇ ਆਉਂਦੀ। ਮੰਮੀ, ਰੋਟੀ ਵੀਰੇ ਨੂੰ ਮੈਂ ਲਿਆ ਦੂੰਗੀ, ਪਰ ਵੀਰੇ ਨੂੰ ਸੱਚ ਤਾਂ ਦੱਸਣਾ ਹੀ ਪੈਣਾ। ਜੇ ਤੁਸੀਂ ਨਹੀਂ ਦੱਸਣਾ ਤਾਂ ਮੈਂ ਦੱਸ ਦਿੰਦੀ ਹਾਂ। ਕੀ ਗੱਲ ਆ, ਮੇਰੇ ਤੋਂ ਕੁਛ ਲੁਕਾਉਂਦੇ ਪਏ ਹੋ? ਵੀਰੇ, ਇਹ ਸੱਟ ਮੰਮੀ ਦੇ ਡਿੱਗਣ ਜਾਂ ਦਰਵਾਜ਼ੇ 'ਚ ਵੱਜਣ ਨਾਲ ਨਹੀਂ ਲੱਗੀ। ਅੱਜ ਸਵੇਰੇ ਘਰ ਦੇ ਵਿੱਚ ਬਹੁਤ ਵੱਡੀ ਲੜਾਈ ਹੋਈ ਆ, ਬੀਬੀ ਨੇ ਮੰਮੀ ਦੇ ਸਿਰ 'ਚ ਮੁੱਕਾ ਮਾਰਿਆ। ਬੀਬੀ ਨੇ ਮੰਮੀ ਤੇ ਹੱਥ ਚੱਕਿਆ? ਤੇ ਤੂੰ ਕੋਲ ਖੜੀ ਕੀ ਕਰਦੀ ਸੀ? ਧਾ ਨਹੀਂ ਸੀ ਸਕਦੀ, ਜਵਾਬ ਨਹੀਂ ਸੀ ਦੇ ਸਕਦੀ? ਦੇਵ, ਤੂੰ ਠੰਡਾ ਹੋ, ਐਵੇਂ ਇਹ ਉਲਝ ਉਲਝ ਬੋਲੀ ਜਾਂਦੀ ਆ। ਜੋ ਕੁਛ ਹੋ ਗਿਆ ਉਹ ਹੋ ਗਿਆ। ਕੀ ਹੋ ਗਿਆ? ਜੋ ਕੁਛ ਹੋ ਗਿਆ ਉਹ ਹੋ ਗਿਆ ਨਹੀਂ, ਜੋ ਕੁਛ ਹੋਊਗਾ ਹੁਣ ਉਹ ਹੋਊਗਾ। ਮੰਮੀ ਕਿੰਨੀ ਦੇਰ ਤੱਕ ਸਹਿੰਦੀ ਰਹੇਗੀ ਤੂੰ ਬੀਬੀ ਦੀਆਂ ਗੱਲਾਂ ਤੇ ਬੀਬੀ ਦੇ ਮੁੱਕੇ? ਛੋਟੇ ਹੁੰਦਿਆਂ ਤੋਂ ਦੇਖਦੇ ਆਏ ਹਾਂ, ਕਦੇ ਡੋਲੂ ਮਾਰਤਾ, ਕਦੇ ਜੱਗ ਮਾਰਤਾ, ਕਦੇ ਗਲਾਸ ਮਾਰਤਾ, ਤੇ ਹੁਣ ਮੁੱਕਾ ਮਾਰਿਆ? ਹੁਣ ਨਹੀਂ ਮੈਂ ਸਹਿ ਸਕਦਾ। ਪੁੱਤ, ਮੈਂ ਤਾਂ ਜਦੋਂ ਦੀ ਵਿਆਹੀ ਆਈ ਹਾਂ ਨਾ, ਇਹੀ ਕੁਛ ਸਹਾਰਦੀ ਆਈ ਹਾਂ। ਮੈਂ ਤਾਂ ਤੇਰੇ ਪਿਓ ਦੇ ਹੁੰਦੇ ਹੋਏ ਨਹੀਂ ਉਹਨੂੰ ਬੋਲੀ ਕਦੇ, ਹੁਣ ਕਿਵੇਂ ਬੋਲ ਪਾ? ਵੀਰੇ, ਮੰਮੀ ਨੇ ਤਾਂ ਉਦੋਂ ਮੈਨੂੰ ਵੀ ਚੁੱਪ ਕਰਾਤਾ, ਮੈਨੂੰ ਵੀ ਉਹਨਾਂ ਸਾਹਮਣੇ ਘੂਰਿਆ। ਕੋਈ ਗੱਲ ਨਹੀਂ ਮਨਪ੍ਰੀਤ, ਮਾਂ ਘੂਰੇ ਸਹਿਣਾ, ਪਰ ਮਾਂ ਨੂੰ ਕੋਈ ਬੋਲੇ ਜਾਂ ਹੱਥ ਚੱਕੇ ਸਹਿਣ ਨਹੀਂ ਹੁੰਦਾ। ਤੁਸੀਂ ਕੀ ਕਿਹਾ? ਅੱਜ ਤੱਕ ਤੁਸੀਂ ਕਦੇ ਬੋਲੇ ਨਹੀਂ, ਪਰ ਹੁਣ ਮੈਨੂੰ ਬੋਲਣ ਤੋਂ ਰੋਕਿਓ ਨਾ। ਦੇਖੇ ਹੁਣ ਬੀਬੀ ਦੀ ਅਕਲ ਕਿਵੇਂ ਟਿਕਾਣੇ ਆਉਂਦੀ ਆ। ਦੇਵ, ਦੇਵ, ਤੈਨੂੰ ਬੋਲਣ ਦੀ ਕੀ ਲੋੜ ਸੀ? ਹੁਣ ਚੱਲ,
ਹੋਰ ਇਹਨਾਂ ਕੋਈ ਕਾਰਾ ਕਰ ਦੇਵੇ। ਸਾਡੀਆਂ ਨੀਂਦਾਂ ਹਰਾਮ ਕਰਕੇ ਪਈਆਂ। ਉੱਠ ਵੇ, ਕੀ ਹੋ ਗਿਆ ਤੈਨੂੰ? ਕਿਹੜੀ ਤੈਨੂੰ ਅੱਗ ਲੱਗੀ ਆ? ਕਿੱਦਾਂ ਮੇਰੀ ਚਾਦਰ ਖਿੱਚਦੀ ਆ? ਅੱਗ ਲੱਗੀ ਨਹੀਂ, ਅੱਗ ਲੱਗੂਗੀ। ਆ ਕੀ ਕੀਤਾ? ਅੱਜ ਤੋਂ ਬਾਅਦ ਮੇਰੀ ਮਾਂ ਦੇ ਉੱਤੇ ਹੱਥ ਚੱਕਿਆ ਨਾ, ਸਣੇ ਇਸ ਘਰ ਸਾਰਿਆਂ ਨੂੰ ਫੂਕ ਦੂੰ ਮੈਂ। ਫੂਕ ਦੇਗਾ ਮੈਨੂੰ ਇੱਥੇ ਨਾ? ਮਾਂ ਦਾ ਵਕੀਲ ਬਣ ਕੇ ਆਇਆ ਕਿ ਗੁੰਡਾ ਬਣ ਕੇ ਆਇਆ? ਜੋ ਮਰਜ਼ੀ ਸਮਝ ਲੈ ਬੀਬੀ, ਇੱਕ ਮਿੰਟ ਮੰਮੀ ਛੱਡ। ਜੇ ਇਹ ਗੁੰਡਾ ਹੁਣ ਤੱਕ ਚੁੱਪ ਆ ਨਾ, ਤਾਂ ਸਿਰਫ ਆਪਣੀ ਮਾਂ ਕਰਕੇ ਚੁੱਪ ਆ, ਨਹੀਂ ਤਾਂ ਗੁੰਡਾਗਰਦੀ ਦਾ ਨਮੂਨਾ ਦਿਖਾਉਣ ਲੱਗੇ ਮੈਨੂੰ ਮਿੰਟ ਨਹੀਂ ਲੱਗਣਾ। ਤੈਨੂੰ ਪਤਾ ਨਹੀਂ ਗੁੰਡਾਗਰਦੀ ਕੀ ਹੁੰਦੀ ਆ। ਆ ਦੋ ਹੱਥ ਮੇਰੇ ਕੋਲ ਵੀ ਨੇ, ਜਿਹਨਾਂ ਹੱਥਾਂ ਨਾਲ ਮੁੱਕਾ ਮਾਰਿਆ ਨਾ, ਉਹ ਹੱਥ ਤੇਰੇ ਪਿੱਛੇ ਲਾ ਦੂੰ। ਮੈਂ ਨਾ ਤੇਰੀਆਂ ਗਿੱਦੜ ਭੌਂਕੀਆਂ ਤੋਂ ਡਰਦੀ ਨਹੀਂ। ਜਿਹੜੀਆਂ ਡਰਦੀਆਂ ਨੇ ਨਾ, ਉਹਨਾਂ ਨੂੰ ਹੌਸਲਾ ਦੇ ਲਾ। ਯਾਨੀ ਕਿ ਤੇਰੀ ਮਾਂ ਤੇ ਤੇਰੀ ਭੈਣ। ਬੀਬੀ ਇੰਨਾ ਨਾ ਹੰਕਾਰ, ਤੈਨੂੰ ਪਤਾ ਨਾ ਉਹ ਰੱਬ ਹੰਕਾਰ ਝਾੜਨ ਲੱਗੇ ਮਿੰਟ ਲਾਉਂਦਾ। ਜਿੰਨਾ ਤੂੰ ਜ਼ੁਲਮ ਕਰਦੀਆਂ ਨਾ, ਉਹ ਸਾਰਾ ਕੁਛ ਦੇਖਦਾ। ਤੇ ਜਿਹੜਾ ਬੰਦਾ ਜ਼ੁਲਮ ਸਹਿੰਦਾ ਨਾ, ਉਹਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ, ਉਹਦੇ ਨਾਲ ਆ ਕੇ ਰੱਬ ਖੜਾ ਹੋ ਜਾਂਦਾ। ਇਹ ਨਾ ਹੋਵੇ ਕਿ ਤੈਨੂੰ ਉਹ ਰੱਬ ਸਾਡੇ ਅੰਦਰੋਂ ਘੜੀਸਦਾ ਫਿਰੇ। ਉਹ ਆ ਗਿਆਨ ਨਾ ਆਪਦੇ ਕੋਲ ਹੀ ਸਾਂਭ ਲਾ, ਮੈਨੂੰ ਨਾ ਦੇ ਆ ਰੱਬ ਦਾ ਵਾਸਤਾ ਦੇ ਕੇ। ਮੈਂ ਤਾਂ ਇੱਦਾਂ ਹੀ ਕਰੂੰਗੀ, ਕਰ ਲਾ ਜੋ ਕਰਨਾ। ਮੈਂ ਤਾਂ ਕਿਸੇ ਨੂੰ ਖੰਗਣ ਨਾ ਦੇਵਾਂ ਆਪਣੇ ਸਾਹਮਣੇ। ਜਿਹੜਾ ਤੂੰ ਕਹਿੰਦੀ ਆ ਨਾ ਕਿਸੇ ਨੂੰ ਖੰਗਣ ਨਹੀਂ ਦੇਣਾ, ਤੂੰ ਯਾਦ ਰੱਖੀ ਬੀਬੀ, ਉਹ ਰੱਬ ਨੇ ਤੈਨੂੰ ਖੰਗਣ ਵੀ ਨਹੀਂ ਦੇਣਾ। ਜਦੋਂ ਖੰਘੇਗੀ ਨਾ, ਤੇਰੇ ਸਰੀਰ 'ਚ ਤਰੇਲੀਆਂ ਉੱਠਣਗੀਆਂ, ਤੇਰੀ ਛਾਤੀ ਦੁਖੂਗੀ, ਤੇਰਾ ਸਿਰ ਦੁਖੂਗਾ। ਜਿਹੜਾ ਬੰਦਾ ਸਾਰੀ ਉਮਰ ਹੇਕੜ 'ਚ ਰਹਿੰਦਾ ਨਾ, ਰੱਬ ਹੇਕੜ ਭੰਨਣ ਨੂੰ ਮਿੰਟ ਲਾਉਂਦਾ, ਤੇ ਉਹ ਦਿਨ ਆਊਗਾ। ਨਾ ਤੂੰ ਮੈਨੂੰ ਬੋਲਦਾ, ਮੈਨੂੰ ਲੱਗਦਾ ਨਾ ਤੇਰੀ ਮਾਂ ਵਾਂਗੂ ਤੇਰੇ ਵੀ ਦੋ ਲਾਉਣੀਆਂ ਹੀ ਪੈਣੀਆਂ। ਬੀਬੀ ਤੂੰ ਹੈ ਹੀ ਔਰਤ ਤੇ ਮੇਰੀ ਦਾਦੀ, ਜੇ ਤੂੰ ਬੰਦਾ ਹੁੰਦੀ ਨਾ ਤਾਂ ਤੈਨੂੰ ਮੈਂ ਦੱਸ ਦਿੰਦਾ ਕਿ ਸੂਤ ਕਰੀਦਾ ਕਿਵੇਂ ਆ। ਹੱਥ ਚੱਕਣ ਦਾ ਬੜਾ ਸ਼ੌਂਕ ਆ ਨਾ ਬੀਬੀ ਤੈਨੂੰ, ਲਾਵਾਂ ਮਗਰ ਮੰਮੀ ਹੋਈ ਸੀਗੀ ਜਿਹੜੀ ਸਹਿ ਗਈ, ਮੈਨੂੰ ਇੰਨਾ ਕੂੜਾ ਨਾ ਸਮਝੀ। ਖੜੀ ਕੀ ਦੇਖੀ ਜਾਂਦੀ ਆ, ਛੁਡਾ ਮੈਨੂੰ। ਗਈਆਂ ਮੇਰੀਆਂ ਬਾਹਾਂ, ਲੱਗਦਾ ਤੋੜਦੀਆਂ। ਹਜੇ ਟੁੱਟੀਆਂ ਨੀ ਗੀਆਂ, ਮੁੜੀਆਂ ਨੇ। ਤੇ ਜੇ ਅੱਗੇ ਤੋਂ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਨਾ ਤਾਂ ਇਹ ਟੁੱਟ ਵੀ ਜਾਣਗੀਆਂ। ਤੋੜ ਦੇ ਤੋੜ ਦੇ, ਵੱਡਾ ਬਦਮਾਸ਼ ਬਣਿਆ ਫਿਰਦਾ, ਆਪਣੀ ਦਾਦੀ ਤੇ ਹੱਥ ਚੱਕਦਾ। ਦਾਦੀ? ਤੂੰ ਦਾਦੀ ਆ? ਉਹ ਦਾਦੀਆਂ ਪੋਤਿਆਂ ਨੂੰ ਇੰਨਾ ਪਿਆਰ ਕਰਦੀਆਂ ਨੇ ਮੈਂ ਦੱਸ ਨਹੀਂ ਸਕਦਾ, ਗੋਦੀ ਤੋਂ ਨਹੀਂ ਉਤਰ ਦਿੰਦੀਆਂ। ਤੇ ਤੂੰ ਪੋਤਾ ਤੇ ਪੋਤੀ ਨੂੰ ਮਰਿਆ ਭਾਲਦੀਆਂ,
ਜਿਹੜੀ ਮੇਰੀ ਮਾਂ ਦੀ ਨਹੀਂ ਨਾ ਕੁਛ ਲੱਗਦੀ ਉਹ ਮੇਰੀ ਵੀ ਕੁਛ ਨਹੀਂ ਲੱਗਦੀ। ਦਾਦੀ ਕਹਿੰਦੀ ਆ ਆਪਣੇ ਆਪ ਨੂੰ, ਤੂੰ ਦਾਦੀ ਦੇ ਨਾਮ 'ਤੇ ਕਲੰਕ ਆ ਕਲੰਕ। ਪਤਾ ਨਹੀਂ ਇੰਨੀ ਜ਼ਿੰਦਗੀ ਸਾਡਾ ਪਾਪਾ ਤੇਰੇ ਨਾਲ ਕਿਵੇਂ ਕੱਟ ਗਿਆ। ਬੇਸ਼ਰਮ ਗੁੰਡਾ ਕਹਿੰਦੀ ਆ ਮੈਨੂੰ, ਗੁੰਡੀ ਤਾਂ ਤੂੰ ਆ ਦਾਦੀ, ਗੁੰਡਾ ਗਰਦੀ ਤੂੰ ਕਰਦੀ ਆ। ਜਿੱਥੇ ਰਹਿੰਦੇ ਸੀ ਪਹਿਲਾਂ ਉੱਥੇ ਗਵਾਂਢੀਆਂ ਦੇ ਨਾਲ ਲੜਦੀ ਰਹੀ, ਸਾਰੇ ਰਿਸ਼ਤੇਦਾਰਾਂ ਦੇ ਨਾਲ ਲੜੀ, ਅਤੇ ਜਦੋਂ ਸਾਰੇ ਬੋਲਣੋਂ ਹਟ ਗਏ ਤਾਂ ਆਪਣੇ ਘਰ ਦੇ ਵਿੱਚ ਲੜਦੀ ਆ। ਲੜਾਈ ਤੋਂ ਬਗੈਰ ਤੈਨੂੰ ਨੀਂਦ ਨਹੀਂ ਆਉਂਦੀ, ਰੋਟੀ ਹਜ਼ਮ ਨਹੀਂ ਹੁੰਦੀ। ਕਹਿੰਦੀ ਦਾਦੀ ਆ ਤੂੰ ਦਾਦੀ ਨਾ ਕਿਹਾ ਕਰ, ਤੂੰ ਇਹ ਕਿਹਾ ਕਰ ਸ਼ੈਤਾਨ ਆ ਤੂੰ ਸ਼ੈਤਾਨ। ਤੂੰ ਮੈਨੂੰ ਸ਼ੈਤਾਨ ਕਿਹਾ? ਤੈਨੂੰ ਹੁਣ ਪਤਾ ਲੱਗੂ ਸ਼ੈਤਾਨ ਦੀ ਤਾਕਤ ਕੀ ਹੁੰਦੀ ਆ। ਉਹ ਕੀ ਹੋ ਗਿਆ ਤੁਹਾਨੂੰ? ਚੰਗਾ ਹੋਇਆ ਪੁੱਤ ਤੂੰ ਆ ਗਿਆ, ਆਹ ਦੇਖ ਲੈ ਆਹ ਗੁੰਡਾ, ਆਹ ਗੁੰਡੇ ਨੇ ਮੇਰੀਆਂ ਬਾਹਾਂ ਮਰੋੜਤੀਆਂ। ਕੀ ਗੱਲ ਬੀਬੀ, ਹੁਣ ਤੂੰ ਵਕੀਲ ਲੈ ਕੇ ਆਈ ਆ ਜਾਂ ਗੁੰਡੇ ਨੂੰ ਦੱਸਦੀ ਪਈ ਆ? ਬਕਵਾਸ ਬੰਦ ਕਰ, ਤੂੰ ਮੇਰੀ ਮਾਂ ਦੀਆਂ ਬਾਹਾਂ ਕਿਵੇਂ ਮਰੋੜੀਆਂ? ਓਦਾਂ ਹੀ ਜਿੱਦਾਂ ਤੁਹਾਡੀ ਮਾਂ ਨੇ ਮੇਰੀ ਮਾਂ ਦੇ ਮਾਰਿਆ। ਕੀ ਗੱਲ ਚਾਚਾ, ਤੇਰੀ ਮਾਂ ਮਾਂ ਮੇਰੀ ਮਾਂ ਮਾਂ ਨਹੀਂ? ਜੇ ਤੈਨੂੰ ਦੁੱਖ ਲੱਗਿਆ ਤਾਂ ਮੈਨੂੰ ਵੀ ਦੁੱਖ ਲੱਗਿਆ। ਪਿੱਛੇ ਹੋ ਕੇ ਗੱਲ ਕਰ, ਕੀ ਅੱਗੇ ਨੂੰ ਆਈ ਜਾਂਦਾ? ਕੀ ਗੱਲ, ਮੇਰੀ ਮਾਂ ਤੇਰੀ ਕੁਛ ਨਹੀਂ ਲੱਗਦੀ ਜਿਹੜਾ ਮਾਂ ਮਾਂ ਕਰੀ ਜਾਂਦਾ? ਮਾਂ ਮਾਂ ਤਾਂ ਕਰਦਾ ਕਿਉਂਕਿ ਬਾਕੀ ਸਾਰੇ ਰਿਸ਼ਤੇ ਮਰ ਗਏ। ਚਾਚਾ ਚਾਚਾ ਨਹੀਂ ਰਿਹਾ, ਚਾਚੀ ਚਾਚੀ ਨਹੀਂ ਰਹੀ, ਅਤੇ ਦਾਦੀ ਇਹ ਤਾਂ ਸ਼ੈਤਾਨ ਆ। ਜਦ ਇਹ ਸਾਨੂੰ ਆਪਣਾ ਕੁਛ ਨਹੀਂ ਸਮਝਦੀ, ਤੁਸੀਂ ਆਪਣਾ ਕੁਛ ਨਹੀਂ ਸਮਝਦੇ ਤਾਂ ਸਾਨੂੰ ਚੱਟੀ ਪਈ ਆ। ਆ ਦੇਖ ਲਾ, ਆ ਦੇਖ ਲਾ ਆਪਣੇ ਸਾਊ ਪੁੱਤ ਨੂੰ ਇਹੀ ਮੱਤਾਂ ਦਿੰਨੀ ਆ ਨਾ, ਹੁਣ ਸੱਪ ਸੁੰਗ ਗਿਆ ਬੋਲਦੀ ਨਹੀਂ। ਗੱਲ ਸੁਣ ਲਾ ਮੇਰੀ ਧਿਆਨ ਨਾਲ, ਤੂੰ ਅੱਜ ਤੋਂ ਬਾਅਦ ਬੀਬੀ ਨੂੰ ਬੁਲਾਉਣਾ ਨਹੀਂ, ਜੇ ਅੱਗੇ ਤੋਂ ਹੱਥ ਲਾਇਆ ਨਾ ਮੈਂ ਤੇਰੇ ਹੱਥ ਤੋੜ ਦੇਣੇ ਆ। ਸੇਮ ਟੂ ਯੂ ਚਾਚਾ ਜੀ, ਤੁਸੀਂ ਤਾਂ ਇਕੱਲੇ ਮੇਰੇ ਹੱਥ ਤੋੜਨੇ ਆ, ਜੇ ਅੱਜ ਤੋਂ ਬਾਅਦ ਬੀਬੀ ਨੇ ਮੇਰੀ ਭੈਣ ਨੂੰ ਜਾਂ ਮੇਰੀ ਮਾਂ ਨੂੰ ਕੁਛ ਕਿਹਾ ਤਾਂ ਤੁਹਾਡੇ ਸਾਰੇ ਟੱਬਰ ਦੇ ਚੌਂਟੇ ਚੁਕਾ ਦੂੰ, ਸਾਰੇ ਟੱਬਰ ਦੇ ਹੱਥ ਤੋੜ ਦੂੰ। ਕੀ ਦੇਵ ਤੂੰ ਟੱਬਰ ਟੱਬਰ ਕਰੀ ਜਾਂਦਾ, ਉਹ ਸਾਰੇ ਆਪਾਂ ਇੱਕੋ ਹੀ ਟੱਬਰ ਦੇ ਆ, ਤੂੰ ਅਲੱਗ ਥੋੜਾ ਨਾ ਟੱਬਰ ਤੋਂ। ਟੱਬਰ ਤੋਂ ਅੱਡ ਤਾਂ ਚਾਚੀ ਉਸੇ ਦਿਨ ਕਰਤਾ ਸੀ ਤੁਸੀਂ ਸਾਨੂੰ, ਜਦੋਂ ਤੂੰ ਸਾਡੀਆਂ ਰੋਟੀਆਂ ਗਿਣਨ ਲੱਗ ਗਈ ਸੀ, ਜਦੋਂ ਰਸੋਈ ਨੂੰ ਤਾਲਾ ਲੱਗਿਆ ਸੀ। ਕੀ ਗੱਲ ਤੈਨੂੰ ਕੀ ਲੱਗਦਾ ਸਾਨੂੰ ਪਤਾ ਨਹੀਂ ਲੱਗਦਾ? ਅੰਨੇ ਤਾਂ ਹੈ ਨਹੀਂ ਅਸੀਂ, ਸਾਰਾ ਕੁਛ ਸਮਝ ਆਉਂਦਾ। ਇੱਕ ਟੱਬਰ ਦੀ ਗੱਲ ਕਰਦੇ ਹੋ, ਟੱਬਰ ਦਾ ਮਤਲਬ ਸਮਝ ਲਓ ਚਾਚਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ। ਕਿਹਨੂੰ ਬਰਬਾਦ ਕਰਨਾ ਚਾਹੁੰਦਾ ਚਾਚਾ ਤੂੰ? ਆਪਣੇ ਭਰਾ ਦੇ ਪੁੱਤ ਨੂੰ? ਮੋਟਰ ਚੋਰ ਨਾ ਹੋਵੇ ਤਾਂ ਮੈਂ ਨਾ ਤੈਨੂੰ ਤੁਸੀਂ ਕੁਛ ਕੋਈ ਗੱਲ ਨਹੀਂ ਕਰਨੀ, ਆਪਾਂ ਲੜਨਾ ਥੋੜ੍ਹੇ ਨਾ, ਚਲੋ ਅੰਦਰ ਆ ਜਾ ਬੀਬੀ, ਛੱਡ ਫਿਰ ਗੱਲ ਕਰਾਂਗੇ। ਪੁੱਤ ਤੂੰ ਆਪਣੇ ਚਾਚੇ ਨੂੰ ਜ਼ਿਆਦਾ ਬੋਲ ਗਿਆ, ਇੰਨਾ ਨਹੀਂ ਸੀ ਬੋਲਣਾ ਚਾਹੀਦਾ। ਨਾਲੇ ਤੇਰੀ ਚਾਚੀ, ਤੇਰੀ ਚਾਚੀ ਤਾਂ ਤੇਰੇ ਵਾਸਤੇ ਰਿਸ਼ਤਾ ਦੇਖਦੀ ਫਿਰਦੀ ਆ। ਤੁਹਾਨੂੰ ਵੀ ਪਤਾ ਨਾ ਮੰਮੀ ਕਿਉਂ ਕਰਦੇ ਨੇ ਉਹ ਇਹੋ ਜਿਹਾ ਕੁਛ। ਰਿਸ਼ਤਾ ਦੇਖਦੀ ਆ, ਜਦੋਂ ਮੈਂ ਘਰੇ ਨਹੀਂ ਹੁੰਦਾ ਬੀਬੀ ਦੁਬਾਰਾ ਆਪਣੀਆਂ ਆਦਤਾਂ 'ਤੇ ਆਊਗੀ, ਉਹ ਕੁਛ ਨਾ ਕੁਛ ਗਲਤ ਕਰੂਗੀ। ਇਸ ਘਰ ਦੇ ਵਿੱਚ ਕਿਸੇ ਇੱਦਾਂ ਦੇ ਇਨਸਾਨ ਨੂੰ ਆਉਣਾ ਪਊਗਾ ਜਿਹੜਾ ਕਿਸੇ ਤੋਂ ਨਾ ਡਰੇ ਅਤੇ ਇਹਨਾਂ ਦੀਆਂ ਪੂਛਾਂ ਚੁਕਾ ਕੇ ਰੱਖੇ।
ਹਾਏ ਢਹਿ ਜਾਣੇ ਨੇ, ਐਡੀ ਜ਼ੋਰ ਦੀ ਮੇਰੀਆਂ ਬਾਹਾਂ ਮਰੋੜਤੀਆਂ ਨਾ, ਭੋਰਾ ਤਰਸ ਨਹੀਂ ਕੀਤਾ ਵੀ ਦਾਦੀ ਲੱਗਦੀ ਆ, ਵੀ ਸਿਆਣਾ ਸਰੀਰ ਆ, ਭੋਰਾ ਲਿਹਾਜ਼ ਹੀ ਕਰ ਲਵੇ। ਬੀਬੀ ਲਿਹਾਜ਼ ਤਾਂ ਅੱਜ ਉਹਨੇ ਆਪਦੇ ਚਾਚੇ ਦੀ ਵੀ ਨਹੀਂ ਕੀਤੀ, ਦੇਖਿਆ ਜੀ ਕਿਵੇਂ ਤੁਹਾਡੇ 'ਤੇ ਚੜ੍ਹ ਝਾੜ ਆਉਂਦਾ ਸੀ, ਕਿਵੇਂ ਤੁਹਾਨੂੰ ਬੋਲਦਾ ਸੀ। ਉਹ ਆਪਾਂ ਨੂੰ ਨਾ ਇਹਨਾਂ ਦੇ ਪਹਿਲਾਂ ਹੀ ਖੰਭ ਕੱਟ ਦੇਣੇ ਚਾਹੀਦੇ ਸੀ, ਫਿਰ ਅੱਜ ਉਹ ਇੰਨੀਆਂ ਡਾਰੀਆਂ ਨਾ ਮਾਰਦੇ। ਉਸ ਦਿਨ ਅਮਰ ਨੂੰ ਧਮਕੀਆਂ ਦਿੰਦਾ ਸੀ ਅਤੇ ਅੱਜ ਬੀਬੀ ਦੀਆਂ ਬਾਹਾਂ ਮਰੋੜਤੀਆਂ, ਅਤੇ ਹੁਣ ਆ ਤਾਂ ਉਹਨੇ ਹੱਦੇ ਕਰਤੀ, ਆਪਦੇ ਚਾਚੇ ਨੂੰ ਗੁੰਡਾ ਦੱਸਣ ਲੱਗ ਗਿਆ। ਬੀਬੀ ਉਹ ਦਿਨ ਦੂਰ ਨਹੀਂ ਜਦੋਂ ਦੇਵ ਨੇ ਆਪਣੀ ਧੌਣ 'ਤੇ ਗੋਡਾ ਰੱਖ ਲੈਣਾ। ਆ ਤੁਸੀਂ ਕਿਵੇਂ ਚੁੱਪ ਜੇ ਕਰੀ ਬੈਠੇ ਹੋ, ਕੁਛ ਬੋਲਦੇ ਨਹੀਂ, ਮੈਨੂੰ ਲੱਗਦਾ ਤੁਹਾਨੂੰ ਸਦਮਾ ਲੱਗ ਗਿਆ। ਸਦਮਾ ਤਾਂ ਲੱਗ ਗਿਆ, ਜਿਹੜਾ ਕੁਛ ਅੱਜ ਦੇਵ ਨੇ ਕੀਤਾ ਨਾ ਉਹਦੇ ਬਾਰੇ ਹੀ ਸੋਚਣਾ, ਉਹਦਾ ਹੀ ਕੁਛ ਨਾ ਕੁਛ ਹੱਲ ਕੱਢਣਾ ਪੈਣਾ। ਹੱਲ ਤਾਂ ਮੇਰੇ ਕੋਲ ਹੈਗਾ, ਜੇ ਕਹੋ ਤਾਂ ਮੈਂ ਦੱਸਾਂ। ਉਹ ਕੁੱਛੜ ਕੁੜੀ ਅਤੇ ਪਿੰਡ ਢਟੋਲਾ, ਉਹ ਜੇ ਤੇਰੇ ਕੋਈ ਹੈ ਹੱਲ ਤਾਂ ਦੱਸ ਫਿਰ। ਤਾਂ ਫਿਰ ਸੁਣੋ ਬੀਬੀ, ਰਿਸ਼ਤੇਦਾਰੀ 'ਚੋਂ ਕਰੋ ਚਾਰ ਬੰਦੇ ਇਕੱਠੇ, ਵਿੱਚੇ ਸੱਦੋ ਇਹਦਾ ਮਾਮਾ, ਉਹਨਾਂ ਨੂੰ ਦੱਸੋ ਇਹਨਾਂ ਦੀਆਂ ਕਰਤੂਤਾਂ, ਕਹੋ ਵੀ ਸਾਨੂੰ ਤਾਂ ਇਸ ਮੁੰਡੇ ਤੋਂ ਲੱਗਦਾ ਡਰ, ਅਸੀਂ ਤਾਂ ਹੁਣ ਅੱਡ ਹੋਣਾ। ਨਾਲੇ ਹੁਣ ਤਾਂ ਆਪਣੇ ਕੋਲ ਬਹਾਨਾ ਵੀ ਹੈਗਾ, ਬੀਬੀ ਦੀਆਂ ਤਾਜ਼ੀਆਂ ਤਾਜ਼ੀਆਂ ਉਹਨੇ ਬਾਹਾਂ ਮਰੋੜੀਆਂ ਨੇ, ਆਪਾਂ ਉੱਤੇ ਪੱਟੀ ਬੰਨ ਦਾਂਗੇ, ਆਪਣੇ ਕੋਲ ਸਬੂਤ ਵੀ ਹੈਗਾ। ਕਿਵੇਂ ਲੱਗੀ ਮੇਰੀ ਤਰਕੀਬ? ਤੂੰ ਨਾ ਥੋੜ੍ਹਾ ਜਿਹਾ ਆਪਣੇ ਦਿਮਾਗ ਨੂੰ ਆਰਾਮ ਹੀ ਦੇ ਲਾ, ਸਦਮਾ ਮੈਨੂੰ ਨਹੀਂ, ਮੈਨੂੰ ਲੱਗਦਾ ਤੈਨੂੰ ਲੱਗ ਗਿਆ ਸਦਮਾ। ਜਦ ਦੇਖੋ ਅੱਡ ਹੋਣਾ ਅੱਡ ਹੋਣਾ, ਉਹ ਹੋਰ ਤੈਨੂੰ ਕੋਈ ਗੱਲ ਨਹੀਂ ਆਉਂਦੀ, ਰਹੀ ਗੱਲ ਤੇਰੀ ਸਲਾਹ ਦੀ, ਉਹ ਲੋਕਾਂ ਨੂੰ ਬੀਬੀ ਦੇ ਸੁਭਾਅ ਬਾਰੇ ਨਹੀਂ ਪਤਾ, ਉਹ ਜੇ ਲੋਕਾਂ ਨੂੰ ਬੀਬੀ ਦੀ ਬੰਨੀ ਹੋਈ ਬਾਂਹ ਦਿਖਾਵਾਂਗੇ, ਉੱਧਰ ਭਾਬੀ ਦੀ ਸੱਟ ਵੀ ਤਾਂ ਦਿਖੂਗੀ, ਲੋਕ ਅੰਨੇ ਥੋੜ੍ਹੀ ਆ। ਆਹ ਤਾਂ ਮੈਂ ਸੋਚਿਆ ਹੀ ਨਹੀਂ ਬੀਬੀ, ਤਾਂ ਹੀ ਤੈਨੂੰ ਮੈਂ ਕਹਿੰਦੀ ਹੁੰਦੀ ਹਾਂ ਹੱਥ ਨਾ ਚੱਕਿਆ ਕਰ, ਇੰਨਾ ਵਧੀਆ ਮੌਕਾ ਸੀ ਸਾਰਾ ਤੇਰੇ ਕਰਕੇ ਖਰਾਬ ਹੋ ਗਿਆ। ਮਾਰਦੀ ਆ ਗੱਲਾਂ, ਉਹ ਮੌਕਾ ਵੀ ਤਾਂ ਮਿਲਿਆ ਜੇ ਮੈਂ ਹੱਥ ਚੱਕਿਆ। ਉਹ ਬਸ ਬੀਬੀ ਹੁਣ ਤੁਸੀਂ ਨਾ ਰੌਲਾ ਪਾ ਲਿਓ, ਆਪਾਂ ਘਰ ਅੱਡ ਕਰਨ ਵਾਸਤੇ ਪਹਿਲਾਂ ਹੀ ਬਹੁਤ ਕਲੇਸ਼ ਪਾ ਚੁੱਕੇ ਹਾਂ, ਮੈਨੂੰ ਮਾੜਾ ਜਿਹਾ ਦਿਮਾਗ ਲਾਉਣ ਦਿਓ, ਕੀ ਕਰਨਾ। ਕੁਛ ਨਹੀਂ ਮੇਰੇ ਦਿਮਾਗ 'ਚ ਹਜੇ ਆ ਰਿਹਾ, ਬੀਬੀ ਐਂ ਕਰ ਜਾਂ ਪਾਣੀ ਲੈ ਕੇ ਆਈ ਮੇਰੇ ਲਈ। ਨਾ ਮੈਨੂੰ ਟੁੱਟੇ ਹੋਏ ਹੱਥਾਂ ਵਾਲੀ ਨੂੰ ਕਹਿੰਦਾ ਪਾਣੀ ਲਿਆ ਕੇ ਦੇ, ਆ ਘੋੜੇ ਵਰਗੀ ਤੇਰੀ ਜਨਾਨੀ ਖੜੀ ਆ, ਇਹਨੂੰ ਭੇਜਦਾ ਪਾਣੀ ਲੈਣ ਨੂੰ। ਬੀਬੀ ਸਮਝਿਆ ਕਰ, ਮੈਂ ਇਹਦੀ ਕੋਈ ਸਲਾਹ ਲੈਣੀ ਆ, ਜਾ ਲਿਆ ਦੇ ਪਾਣੀ। ਨਾ ਮੇਰੇ ਅੱਗੇ ਤੁਹਾਡੀਆਂ ਸਲਾਹਾਂ ਨਹੀਂ ਹੁੰਦੀਆਂ, ਲਿਆ ਦਿੰਨੀ ਆ। ਗੱਲ ਸੁਣ ਮੇਰੀ, ਆਪਾਂ ਨੂੰ ਕੁਛ ਕਰਨ ਦੀ ਲੋੜ ਨਹੀਂ, ਬੀਬੀ ਕਰੀ ਤਾਂ ਜਾਂਦੀ ਆ, ਇਹ ਨਹੀਂ ਸਾਰੇ ਪਾਸੇ ਭੰਡੀ ਪਿੱਟ ਦੇਣੀ ਆ, ਆਪਾਂ ਤਾਂ ਚੁੱਪ ਕਰਕੇ ਬਹਿ ਜਾਓ। ਹਾਂ ਇਹ ਵੀ ਗੱਲ ਠੀਕ ਆ, ਉਹ ਆਪਾਂ ਨੂੰ ਆਪਣੀ ਜਵਾਨ ਗੰਦੀ ਕਰਨ ਦੀ ਕੀ ਲੋੜ ਆ, ਆਪਣਾ ਤਾਂ ਉਹ ਹਿਸਾਬ ਹੋ ਗਿਆ, ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ। ਇਹੀ ਤਾਂ ਤੈਨੂੰ ਸਮਝਾਉਣਾ, ਮਿੱਠੇ ਪਿਆਰੇ ਹੋ ਕੇ ਇਹ ਕਾਬੂ 'ਚ ਆਉਣਗੇ, ਬਾਕੀ ਦੇਖਿਆ ਨਾ ਕਿਵੇਂ ਹਲਕੇ ਹੋਏ ਕੁੱਤੇ ਵਾਂਗੂ ਵੱਢਣ ਨੂੰ ਪੈਂਦਾ ਇਹ। ਹੋਰ ਕਿੰਨੇ ਕੁ ਮਿੱਠੇ ਪਿਆਰੇ ਹੋ ਜਾਈਏ, ਉਹ ਮੈਂ ਤਾਂ ਮਿੱਠੇ ਪੋਚੇ ਲਾਉਣ ਗਈ ਸੀ ਭੈਣ ਜੀ ਕੋਲੇ ਦੁੱਧ ਲੈ ਕੇ, ਦੇਵ ਦੇ ਰਿਸ਼ਤੇ ਦੀ ਵੀ ਗੱਲ ਕੀਤੀ, ਪਰ ਭੈਣ ਜੀ ਨੇ ਸਾਫ਼ ਜਵਾਬ ਦਿੱਤਾ, ਉਹ ਤਾਂ ਕਹਿੰਦਾ ਮੈਂ ਪਿੰਡ ਦੀ ਕੁੜੀ ਨਾਲ ਵਿਆਹ ਹੀ ਨਹੀਂ ਕਰਾਉਣਾ, ਸ਼ਹਿਰ 'ਚ ਵਿਆਹ ਕਰਾਊਂਗਾ। ਉਹ ਫਿਰ ਹਰਜ ਕੀ ਆ, ਸ਼ਹਿਰ ਦੀ ਕੁੜੀ ਦੇਖ ਲਾ, ਉਹੀ ਇਹਦੀ ਭਮੀਰੀ ਘੁਮਾਊਗੀ। ਬਸ ਹੁਣ ਤੂੰ ਰਿਸ਼ਤਾ ਲੱਭ, ਭਾਬੀ ਨੂੰ ਆਪਣੇ ਹੱਥ 'ਚ ਕਰ, ਫਿਰ ਦੇਖੀ ਇਹਦੀ ਗੁੰਡਾਗਰਦੀ ਕਿਵੇਂ ਨਿਕਲਦੀ। ਆ ਕੀ ਹੋਇਆ ਹੈ?
ਤੇਲ ਤਾਂ ਨਹੀਂ ਖਤਮ ਹੋ ਗਿਆ? ਦੇਖ ਲੈ, ਤੇਲ ਵੀ ਦੇਖ ਲੈ, ਇਹ ਪਤਾ ਤੇਲ ਨਾ ਖਤਮ ਹੋ ਗਿਆ ਬਈ। ਲੈ ਆ, ਆ ਤੇਲ ਦਾ ਇਹ ਟੈਂਕੀ ਭਰੀ ਪਈ ਹੈ। ਫਿਰ ਇਹਨੂੰ ਕੀ ਹੋਇਆ? ਆਹ ਹੋਇਆ ਕੀ ਹੈ? ਇਹਦੀ ਬੈਟਰੀ ਵੀ ਅਨਬਿਲਡ ਆ। ਓਹੋ ਪੁੱਤ, ਉਹ ਗੱਲ ਸੁਣ ਪੁੱਤ, ਮੈਨੂੰ ਲੱਗਦਾ ਤੂੰ ਆਪਣੇ ਚਾਚੇ ਵਾਂਗ ਕਿਤੇ ਮੈਨੂੰ ਇੱਥੇ ਛੱਡਣ ਤਾਂ ਨਹੀਂ ਆਇਆ, ਜਿੱਦਾਂ ਇੱਥੇ ਚਾਚੇ ਨੇ ਛੱਡਿਆ ਸੀ ਮੈਨੂੰ ਉੱਥੇ ਰਾਹ 'ਚ। ਪਾਪਾ ਜੀ, ਏਦਾਂ ਦੀ ਗੱਲ ਥੋੜੀ ਆ ਕੋਈ। ਲੱਗਦਾ ਤਾਂ ਮੈਨੂੰ ਏਦਾਂ ਹੀ ਆ। ਓ ਨਹੀਂ, ਤੇਲ ਵੀ ਹੈਗਾ ਇਹਦੇ ਵਿੱਚ, ਦੇਖ ਲਾ ਤੇਰਾ ਇਰਾਦਾ ਕੀ ਹੈ, ਦੱਸ ਦੇ ਮੈਨੂੰ। ਓ ਮੇਰੇ ਪਾਪਾ, ਮੇਰਾ ਇਰਾਦਾ ਕਿਹੋ ਜਿਹਾ ਹੋ ਸਕਦਾ? ਇਹੋ ਜਿਹਾ ਲੱਗਦਾ ਮੈਂ? ਨਾਲੇ ਮੈਨੂੰ ਚਾਚੇ ਦੇ ਨਾਲ ਨਾ ਰਲਾਓ। ਅੱਛਾ ਤੁਸੀਂ ਉਹ ਤਾਂ ਮੈਂ ਤਾਂ ਮਖੌਲ ਕਰਦਾ ਸੀਗਾ, ਤੂੰ ਤਾਂ ਐਵੇਂ ਚਿੜ ਗਿਆ। ਚੱਲ ਆਪਾਂ ਅਗਲੇ ਪਿੰਡ ਮਕੈਨਿਕ ਨੂੰ ਦਿਖਾ ਲੈਂਦੇ ਹਾਂ, ਅੱਗੇ ਹੋਣਾ ਕੋਈ ਨਾ ਕੋਈ। ਚੱਲ ਲੱਤਾਂ ਦੁਖਣ ਲੱਗ ਗਈਆਂ ਪਾਪਾ ਜੀ ਮੇਰੀਆਂ। ਉਹ ਤਾਂ ਦੁਖਣੀਆਂ ਹੀ ਆ ਪਾਪਾ ਜੀ। ਇਹ ਸਾਰਾ ਕੁਛ ਕਿੰਨੀ ਕੁ ਦੇਰ ਚੱਲਦਾ ਰਹੂਗਾ? ਪੁੱਤ, ਜਦੋਂ ਤੱਕ ਮਕੈਨਿਕ ਨਹੀਂ ਤਾਂ ਮਿਲ ਜਾਂਦਾ, ਜਦ ਤੱਕ ਇੱਦਾਂ ਹੀ ਚੱਲਿਆ ਜਾਣਾ, ਮਕੈਨਿਕ ਮਿਲ ਜਾਵੇ ਬਸ। ਓਕੇ ਪਾਪਾ ਜੀ, ਮੈਂ ਇਹਦੀ ਗੱਲ ਨਹੀਂ ਕਰਦਾ। ਹੋਰ ਕਿਹਦੀ ਗੱਲ ਕਰਦਾ? ਮੈਂ ਗੱਲ ਕਰਦਾ ਆਪਣੀ ਜ਼ਿੰਦਗੀ ਦੀ। ਅੱਛਾ, ਵੀ ਐਂ ਬ੍ਰੇਕਾਂ ਜਿਹੀਆਂ ਲਾ ਲਾ ਕੇ ਆਪਣੀ ਜ਼ਿੰਦਗੀ ਕਿਉਂ ਚੱਲਦੀ ਪਈ ਆ? ਇਹ ਕਦੋਂ ਸਹੀ ਹੋਊਗਾ? ਪੁੱਤ, ਉਹਦੇ ਵਾਸਤੇ ਵੀ ਤੈਨੂੰ ਮਕੈਨਿਕ ਦੀ ਲੋੜ ਪਏਗੀ, ਜਿਹੜਾ ਤੇਰਾ ਰੁਕੀ ਹੋਈ ਜ਼ਿੰਦਗੀ ਨੂੰ ਚਲਾ ਦੇਵੇ। ਦੇਖੀ ਚੱਲ ਪੁੱਤ, ਤੇਰਾ ਵੀ ਨਾ ਚੰਗਾ ਟਾਈਮ ਆਊਗਾ, ਬਸ ਹੁਣ ਮੇਰਾ ਵੀ ਟਾਈਮ ਥੋੜ੍ਹਾ ਹੀ ਰਹਿ ਗਿਆ। ਮੈਂ ਨਹੀਂ ਰੋੜਦਾ, ਆਪੇ ਰੋੜੋ। ਆਹ ਕੀ ਗੱਲ ਪੁੱਤ, ਆਹ ਤੁਸੀਂ ਜਿਹੜੀ ਗੱਲ ਕੀਤੀ ਹੈ ਚੰਗੀ ਹੈ। ਪਾਪਾ ਜੀ, ਅਸੀਂ ਤੁਹਾਡੇ ਕਰਕੇ ਤਾਂ ਜਿਉਂਦੇ ਹਾਂ, ਇੱਕ ਤੁਸੀਂ ਤਾਂ ਸਾਡੀ ਆਸ ਹੋ, ਅਤੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਸਾਡੇ ਨਾਲ, ਕੀ ਗੱਲ ਆ ਇਹ? ਥੋੜ੍ਹਾ ਟਾਈਮ ਰਹਿ ਗਿਆ ਨਾ, ਹੋਰ ਇਹੋ ਜਿਹੀ ਗੱਲ ਨਾ ਕਰਿਆ ਕਰੋ। ਪੁੱਤ, ਮੈਂ ਠੀਕ ਹੀ ਤਾਂ ਕਿਹਾ, ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਹੈ, ਪਰ ਮੈਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਫਕਰ ਮਹਿਸੂਸ ਹੋਵੇਗਾ। ਪੁੱਤ, ਮੈਂ ਕਿਸੇ ਨਾਲ ਠੱਗੀ ਨਹੀਂ ਕੀਤੀ, ਕਿਸੇ ਨਾਲ ਮਾੜਾ ਨਹੀਂ ਕੀਤਾ, ਇਹ ਆਪਣੇ ਪਰਿਵਾਰ ਵਿੱਚ ਕਦੇ ਮੈਂ ਨਾ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। ਪਾਪਾ ਜੀ, ਤੁਸੀਂ ਸਾਰੀ ਗੱਲ ਸਹੀ ਕਹਿੰਦੇ ਹੋ, ਮੈਂ ਤਾਂ ਆਪ ਤੁਹਾਡੇ ਵਰਗਾ ਬਣਨਾ ਚਾਹੁੰਦਾ, ਪੁੱਤ ਆਪਣੇ ਦਾਦੇ ਵਰਗਾ। ਮੈਂ ਵੀ ਇਹੀ ਕੋਸ਼ਿਸ਼ ਕਰਨੀ ਹੈ ਕਿ ਆਪਣੇ ਪਰਿਵਾਰ ਨੂੰ ਕਦੇ ਕੋਈ ਮੁਸ਼ਕਿਲ, ਕੋਈ ਤਕਲੀਫ, ਕਦੇ ਵੀ ਤਕਲੀਫਾਂ ਨਾ ਲੱਗਣ ਦੇਵਾਂ। ਪਰ ਜਿਹੜੀ ਆਹ ਗੱਲ ਕਹੀ ਹੈ ਨਾ ਤੁਸੀਂ, ਮੈਂ ਚਲੇ ਜਾਣਾ, ਮੈਨੂੰ ਗੁੱਸਾ ਤੁਹਾਡੇ ਨਾਲ, ਇੱਥੇ ਛੱਡ ਕੇ ਚਲੇ ਜਾਊਂ ਚਾਚੇ ਵਾਂਗੂ। ਜੇ ਹੁਣ ਇਹ ਗੱਲ ਕਹੀ, ਰੋੜੋ ਹੁਣ ਇਹਨੂੰ ਆਪੇ ਰੋੜੋ। ਅੱਛਾ, ਹੁਣ ਤੂੰ ਆਪਣੇ ਦਾਦੇ ਤੋਂ ਡਬਲ ਕੰਮ ਲਏਗਾ, ਨਾਲੇ ਮੈਂ ਮਸ਼ੀਨਾਂ ਵੀ ਠੀਕ ਕਰਾਂ, ਤਾਲੇ ਇਹਨੂੰ ਮੈਂ ਰੋੜਾਂ ਵੀ। ਚੱਲ ਪੁੱਤ ਰੋੜ। ਧੱਕਾ ਚੱਲ ਜਾਂਦਾ ਤੁਹਾਡਾ ਮੇਰੇ ਤੇ। ਆ ਪਾਪਾ ਜੀ, ਇਹੋ ਜਿਹੀ ਗੱਲ ਨਾ ਕਦੇ ਵੀ ਕਰਿਆ ਕਰੋ। ਜ਼ਿੰਦਗੀ ਚੋਂ ਚਲਿਆ ਜਾਣਾ, ਉਹ ਸਾਡੀ ਜ਼ਿੰਦਗੀ ਤੁਹਾਡੇ ਕਰਕੇ ਆ। ਪੁੱਤ, ਜੇ ਮੈਂ ਚਲਾ ਗਿਆ ਨਾ, ਤਾਂ ਤੇਰੀ ਜ਼ਿੰਦਗੀ 'ਚ ਕੋਈ ਇਹੋ ਜਿਹਾ ਆਊਗਾ ਜਿਹੜੀ ਤੇਰੀ ਨਾ ਜ਼ਿੰਦਗੀ ਬਦਲ ਜਾਊਗੀ, ਅਤੇ ਨਾਲੇ ਪਤਾ ਕੀ ਹੈ, ਉਹ ਲੱਭਣਾ ਪੈਣਾ, ਉਹ ਹੈ ਕਿੱਥੇ ਆ, ਕੌਣ ਹੈ ਉਹ, ਠੀਕ ਹੈ?
ਚੱਲ ਪਈ। ਅੱਛਾ ਬੈਠੋ ਚੱਲ ਪਈ। ਚੱਲ ਪਈ।